ਕਿ ਸਿੱਖ ਕੌਮ ਨੇ ਇਤਿਹਾਸ ਨੂੰ ਸਿਰਜਿਆ ਹੈ ਪਰ ਸਿੱਖ ਕੌਮ ਦਾ ਇਤਿਹਾਸ ਅਸੀਂ ਲਿਖਿਆ ਨਹੀਂ। ਜਿਸ ਦੀ ਮਿਸਾਲ ਕਿ ਅੱਜ ਤੁਸੀਂ ਜੇ ਵੱਖ ਵੱਖ ਕਿਤਾਬਾਂ ਪੜ੍ਹਦੇ ਹੋ ਤਾਂ ਸ਼ਹੀਦ ਸੇਵਾ ਸਿੰਘ ਜੀ ਦਾ ਜਿਹੜਾ ਜਨਮ ਦਿਨ ਹੈ ਉਹ ਵੱਖ ਵੱਖ ਤਰੀਕਾਂ ਦੇ ਵਿੱਚ ਦਰਸਾਇਆ ਗਿਆ ਹੈ। ਕੋਈ 1882 ਦੇ ਵਿੱਚ ਕਹਿੰਦਾ, ਕੋਈ 1822 ਦੇ ਵਿੱਚ ਲਿਖਦਾ ਅਤੇ ਕੋਈ 1886 ਦੇ ਵਿੱਚ ਲਿਖਦਾ। ਇਸੇ ਤਰ੍ਹਾਂ ਅੱਜ ਆਪਾਂ ਜਿਹੜੇ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਹਾਂ, ਜਿਨ੍ਹਾਂ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਉਹਨਾਂ ਨੇ ਵੀ ਅਵਤਾਰ ਦਿਹਾੜੇ ਦਾ ਹਿੰਦ ਹਕੂਮਤਾਂ ਵੱਲੋਂ ਅਤੇ RSS ਵੱਲੋਂ ਇਹੀ ਹਾਲ ਕੀਤਾ ਹੋਇਆ ਅਤੇ ਸਾਡੇ ਤਾਕਤਾਂ ਦੇ ਸਾਬਕਾ ਜਥੇਦਾਰ ਕੋਈ ਦਸਮੇਸ਼ ਕਿਤੇ ਦਾ ਪ੍ਰਕਾਸ਼ ਦਿਹਾੜਾ 27 ਦਸੰਬਰ ਮਨਾਉਣ ਨੂੰ ਕਹਿੰਦੇ ਨੇ। ਕਦੇ ਸ਼੍ਰੋਮਣੀ ਕਮੇਟੀ ਲੱਖਾਂ ਰੁਪਈਆਂ ਦੇ ਇਸ਼ਤਿਹਾਰ ਦੇ ਕੇ 16 ਜਨਵਰੀ ਨੂੰ ਕਹਿੰਦੀ ਹੈ ਅਤੇ ਕਦੇ ਅਕਾਲ ਤਖ਼ਤ ਦਾ ਸਾਬਕਾ ਜਥੇਦਾਰ 7 ਜਨਵਰੀ ਨੂੰ ਕਹਿੰਦਾ। ਪਰ ਜਿਹੜਾ ਅਸਲੀ ਸਿੱਖਾਂ ਦਾ ਨਾਨਕ ਸਾਹਿਬ ਕੈਲੰਡਰ ਹੈ 5 ਜਨਵਰੀ ਨੂੰ ਉਹਦਾ ਕੋਈ ਜ਼ਿਕਰ ਨਹੀਂ ਕਰਦਾ। ਇਸ ਲਈ ਭਰਾਵੋ, ਜਿੱਥੇ ਸਿੱਖ ਕੌਮ ਦਾ ਆਪਾਂ ਇਤਿਹਾਸ ਸਿਰਜਿਆ ਉੱਥੇ ਥੋੜ੍ਹਾ ਲਿਖਣ ਦੀ ਵੀ ਖੇਚਲਾ ਕਰਿਆ ਕਰੋ ਕਿ ਸਾਡੇ ਜੇ ਇਹਨਾਂ ਮਹਾਨ ਸ਼ਹੀਦਾਂ ਨੇ ਇਹ ਇਤਿਹਾਸ ਨੂੰ ਸਿਰਜਿਆ ਤਾਂ ਅਸੀਂ ਇਹਨੂੰ ਲਿਖਿਆ ਵੀ ਕਰੀਏ। ਜੇ 1919 ਤੋਂ ਲੈ ਕੇ 1932 ਤੱਕ ਦਾ ਇਤਿਹਾਸ ਦੇਖਿਆ ਜਾਵੇ ਸੇਵਾ ਸਿੰਘ ਦਾ ਤਾਂ ਮੌਜੂਦਾ ਸਮੇਂ ਦੇ ਨਾਲ ਉਹਦੀ ਤੁਲਨਾ ਹੁੰਦੀ ਹੈ। ਜਦੋਂ 1929 ਦੇ ਵਿੱਚ ਸੇਵਾ ਸਿੰਘ ਦੀ ਜੇਲ੍ਹ 'ਚੋਂ ਰਿਹਾਈ ਹੋਣੀ ਸੀ ਤਾਂ ਉਸ ਟਾਈਮ ਵੀ ਅਕਾਲੀ ਦਲ ਦੇ ਵਿੱਚ ਬਗਾਵਤ ਹੋਈ। ਅਮਰ ਸਿੰਘ ਝਬਾਲ ਵਰਗਿਆਂ ਨੇ ਬਗਾਵਤ ਕੀਤੀ ਜਿਸ ਬਗਾਵਤ ਦਾ ਸਦਕਾ ਸੇਵਾ ਸਿੰਘ ਨੂੰ ਰਿਹਾਅ ਨਹੀਂ ਕੀਤਾ ਗਿਆ। ਉਹੀ ਹਾਲ 1978 ਤੋਂ ਲੈ ਕੇ ਅੱਜ ਤੱਕ ਸਾਡੀ ਕੌਮ ਨਾਲ ਹੋ ਰਿਹਾ ਹੈ। ਸਰਦਾਰ ਸੇਵਾ ਸਿੰਘ ਦਾ ਵਾਰ ਵਾਰ ਜ਼ਿਕਰ ਹੁੰਦਾ ਕਿ 1929 ਦੇ ਵਿੱਚ ਜੋ ਗੁਰਦੁਆਰਾ ਐਕਟ ਬਣਿਆ, 1925 ਦੇ ਵਿੱਚ, 1923 ਦੇ ਵਿੱਚ ਖਰੜਾ ਤਿਆਰ ਹੋਇਆ ਅਤੇ ਮਹਾਰਾਜਾ ਪਟਿਆਲਾ ਨੇ ਉਹਨਾਂ ਨੂੰ ਪੇਸ਼ਕਸ਼ ਕੀਤੀ ਸੀ ਕਿ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਤੁਹਾਨੂੰ ਸਮਾ ਦਿੰਦੇ ਹਾਂ, ਤੁਸੀਂ ਅਕਾਲੀ ਦਲ ਨਾਲੋਂ ਨਾਤਾ ਤੋੜ ਲਓ। ਪਰ ਸਰਦਾਰ ਸੇਵਾ ਸਿੰਘ ਜੀ ਨੇ ਉਸ ਮੰਗ ਨੂੰ ਪ੍ਰਵਾਨ ਨਹੀਂ ਕੀਤਾ ਕਿ ਮੈਂ ਗੁਰਦੁਆਰਿਆਂ ਦਾ ਪ੍ਰਬੰਧ ਨਹੀਂ ਸੰਭਾਲਣਾ, ਅਸੀਂ ਆਪਣੇ ਗੁਰਦੁਆਰਿਆਂ ਦਾ ਐਕਟ ਬਣਾਉਣਾ ਜਿਸ ਤਹਿਤ ਉਹਨਾਂ ਨੇ ਉਦੋਂ ਆਪਣੇ ਮੈਂਬਰ ਕੋਟ ਕਰਨ ਦਾ ਜੋ ਮਤਾ ਕੀਤਾ ਸੀ, ਅੱਜ ਉਹੀ ਮਤਾ ਬਾਦਲ ਆਪਣੇ ਮੈਂਬਰ ਕੋਟ ਕਰ ਰਿਹਾ ਹੈ। ਇਸ ਲਈ ਜੇ ਸੇਵਾ ਸਿੰਘ ਨੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਅੰਗਰੇਜ਼ਾਂ ਅਤੇ ਮਹਾਰਾਜਾ ਪਟਿਆਲਾ ਤੋਂ ਨਹੀਂ ਲਈ ਤਾਂ ਅੱਜ ਤੁਸੀਂ ਸੋਚੋ ਕਿ ਤੁਹਾਡਾ ਵੀ ਫਰਜ਼ ਬਣਦਾ ਕਿ ਸਿੱਖ ਕੌਮ ਗੁਰਦੁਆਰਿਆਂ ਦਾ ਪ੍ਰਬੰਧ ਕਿਹਨੂੰ ਸੰਭਾਲਣਾ ਚਾਹੁੰਦੀ ਹੈ। ਅੱਜ ਸਾਡੇ ਤਾਕਤਾਂ ਦੇ ਜਥੇਦਾਰ ਨਹੀਂ ਹੈਗੇ, ਅੱਜ ਸਾਡੇ ਤਾਕਤਾਂ ਦੇ ਜਥੇਦਾਰ ਜੋ ਸਰਬੱਤ ਖਾਲਸਾ ਦੁਆਰਾ ਨਿਯੁਕਤ ਕੀਤੇ ਨੇ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਜੇਲ੍ਹਾਂ ਦੇ ਵਿੱਚ ਬੰਦ ਨੇ, ਜਿਵੇਂ ਸ਼ਹੀਦ ਸੇਵਾ ਸਿੰਘ ਨੂੰ ਬੰਦ ਕੀਤਾ ਗਿਆ ਸੀ। ਇਸ ਲਈ ਭਰਾਵੋ, ਜੇ ਤੁਸੀਂ ਨਾ ਸਮਝੇ, ਮੈਥੋਂ ਪਹਿਲਾਂ ਕਿਸਾਨ ਯੂਨੀਅਨ ਦੇ ਆਗੂ ਸਾਹਿਬਾਨ ਇਹ ਬੋਲਦੇ ਤੇ ਕਿ ਰਾਜਨੀਤਿਕ ਆਗੂਆਂ ਨੇ ਇਲਜ਼ਾਮ ਲਾਏ ਨੇ, ਆਪਾਂ ਮਹਾਨ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਹਾਂ, ਜਿਹੜਾ ਇਹਦੀ ਹਜ਼ੂਰੀ ਦੇ ਵਿੱਚ ਝੂਠ ਬੋਲਦਾ ਉਹ ਪਾਪੀ ਹੁੰਦਾ ਹੈ, ਜਿਹੜਾ ਇਹਦੀ ਹਜ਼ੂਰੀ ਦੇ ਵਿੱਚ ਝੂਠ ਬੋਲਦਾ ਉਹਨੂੰ ਕਿਤੇ ਢੋਈ ਨਹੀਂ ਮਿਲਦੀ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਕਿ ਵੱਖ ਵੱਖ ਕਿਸਾਨ ਯੂਨੀਅਨਾਂ ਬਣੀਆਂ ਨੇ, ਚਾਹੇ ਉਹ ਲੱਖੋਵਾਲ ਹੋਵੇ ਚਾਹੇ ਉਹ ਰਾਜੇਵਾਲ ਹੋਵੇ, ਮੈਂ ਗੁਰੂ ਦੀ ਹਜ਼ੂਰੀ ਵਿੱਚ ਕਹਿਣਾ ਕਿ ਅਸੀਂ ਮਾਨ ਸਾਹਿਬ ਨਾਲ ਰਾਜੇਵਾਲ ਕੋਲ ਗਏ ਮੋਹਾਲੀ ਵਿਖੇ। ਮਾਨ ਸਾਹਿਬ ਕਹਿੰਦੇ ਸਿੱਖ ਧਰਮ ਦਾ ਇਹ ਮਰਜ਼ਾਦਾ ਨਹੀਂ ਕਿ ਆਪਾਂ ਮਰਨ ਵਰਤ ਰੱਖੀਏ, ਆਪਾਂ ਲੜਾਈ ਲੜੋ, ਤੁਸੀਂ ਜੂਸ ਪੀਓ ਅਤੇ ਆਪਣਾ ਮਰਨ ਵਰਤ ਖਤਮ ਕਰੋ। ਰਾਜੇਵਾਲ ਨੇ ਜਵਾਬ ਦਿੱਤਾ ਕਿ ਮੈਂ ਮਾਨ ਦਾ ਜੂਸ ਨਹੀਂ ਪੀਣਾ, ਮੈਂ ਤਾਂ ਬਾਦਲ ਦਾ ਪੀਣਾ। ਇਹ ਜੇ ਨਹੀਂ ਕਿਹਾ ਤਾਂ ਦੱਸੋ, ਅੱਜ ਜਿਹੜੇ ਕਿਸਾਨੀ ਦੀ ਦੁਰਦਸ਼ਾ ਇਹ ਸਾਡੇ ਕਾਰਨ ਹੋਈ ਆ, ਅੱਜ ਸਾਡੀ ਕਿਸਾਨੀ ਬਰਬਾਦ ਹੋ ਗਈ ਹੈ। ਇੱਥੇ ਜਿਵੇਂ ਸੁਖੇੜਾ ਸਾਹਿਬ ਨੇ ਕਿਹਾ ਕਿ ਵੱਖ ਵੱਖ ਪਾਰਟੀਆਂ ਦਿੱਲੀ ਤੋਂ ਆਉਂਦੀਆਂ ਨੇ ਪਰ ਆਉਣ ਰਾਜਕਾਰਨ ਜੀ ਸਦਕੇ ਕਰਨ,
ਪਰ ਪੰਜਾਬ ਦਾ ਜਿਹੜਾ ਮੁੱਖ ਮਸਲਾ ਜਿਹਨੂੰ ਆਨੰਦਪੁਰ ਦਾ ਮਤਾ ਕਿਨਿਆ ਜੋ 1978 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਔਰ ਕਾਂਗਰਸ ਨੂੰ ਵੀ ਉਹਦੀ ਹਾਮੀ ਭਰੀ ਆ ਜਿਹੜੀ ਪਾਰਟੀ ਆਨੰਦਪੁਰ ਦੇ ਮਤੇ ਨੂੰ ਮਨਜ਼ੂਰ ਕਰਦੀ ਆ ਜਿਹੜੀਆਂ ਸਾਡੀਆਂ ਮੰਗਾਂ ਨੂੰ ਮੰਨਦੀ ਆ ਜਾਂ ਪੰਜਾਬ ਦੇ ਪਾਣੀ ਨੇ ਜਾਂ ਪੰਜਾਬੀ ਬੋਲਦੇ ਇਲਾਕੇ ਨੇ ਜਾਂ ਸਾਡੀ ਨੌਜਵਾਨੀ ਨੂੰ ਰੁਜ਼ਗਾਰ ਦੇਣਾ ਗਾ ਜਾਂ ਸਾਡੇ ਜੇਲ੍ਹਾਂ 'ਚੋਂ ਨੌਜਵਾਨਾਂ ਨੂੰ ਰਿਹਾ ਕਰਾਉਣਾ ਜੇ ਉਹਨਾਂ ਗੱਲਾਂ 'ਤੇ ਕੋਈ ਪਹਿਰਾ ਦਿੰਦਾ ਉਹਨਾਂ ਨੂੰ ਮੰਨਦਾ ਤਾਂ ਜੀ ਸੜਕੇ ਪੰਜਾਬ 'ਤੇ ਰਾਜਕਾਰਨ ਜੇ ਰਾਜਕਾਰਨ ਦਾ ਹੀ ਸ਼ੌਂਕ ਆ ਕਿ ਪੰਜਾਬ ਦਾ ਕੋਈ ਮਸਲਾ ਨਹੀਂ ਹੱਲ ਕਰਨਾ ਕੋਈ ਸਵਾਮੀਨਾਥ ਕਮਿਸ਼ਨ ਰਿਪੋਰਟ ਕਹਿੰਦਾ ਕੋਈ ਕੁਛ ਲੈ ਆਉਂਦਾ ਜਿਹੜਾ ਕਹਿੰਦਾ ਸੀ ਮੋਦੀ ਕਿ 100 ਦਿਨ ਦੇ ਵਿੱਚ ਜਿਹੜਾ ਵਿਦੇਸ਼ਾਂ ਦੇ ਵਿੱਚ ਕਾਲਾ ਧਾਣਾ ਉਹ ਇੱਥੇ ਲਿਆਂਦਾ ਜਾਊ ਹਿੰਦੁਸਤਾਨ ਦੇ ਵਿੱਚ ਅੱਜ ਬਾਦਲ ਨੂੰ ਮੈਂ ਪੁੱਛਦਾ ਕਿ ਜਿਹੜੀ ਮਤੇਰੀ ਮਾਂ ਦੀ ਤੇਰੀ ਕਾਂਗਰਸ ਅੱਜ ਸਕੀ ਮਾਂ ਤੋਂ ਤਾਂ ਕੁਛ ਲੈ ਲਾ ਇਹ ਦੋਨਾਂ ਪਾਰਟੀਆਂ ਨਾ ਕਾਂਗਰਸ ਨਾ ਬੀਜੇਪੀ ਇਹ ਪੰਜਾਬ ਦਾ ਅਤੇ ਸਿੱਖਾਂ ਦਾ ਭਲਾ ਨਹੀਂ ਚਾਹੁੰਦੀਆਂ ਜੇ ਤੁਸੀਂ ਸੇਵਾ ਸਿੰਘ ਦਾ ਅਸਲੀ ਵਾਰਸ ਹੋ ਤਾਂ ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲੋ ਜਦੋਂ 1929 ਦੇ ਵਿੱਚ ਜਿਹੜਾ ਖਰੜਾ ਤਿਆਰ ਕੀਤਾ ਸੀ ਜਦੋਂ ਇਹਨਾਂ ਨੇ ਜਵਾਬ ਦੇ ਦਿੱਤਾ ਗਿਆ ਤਾਂ ਸੇਵਾ ਸਿੰਘ ਦਾ ਗਰਮ ਦਲੀਆਂ ਦੇ ਵਿੱਚ ਨਾਂ ਲਿਖਿਆ ਗਿਆ ਭਗਵਾਨ ਸਿੰਘ ਲੌਂਗੋਵਾਲੀਆ ਗੁਰਬਚਨ ਸਿੰਘ ਰਾਜਗੜ੍ਹ ਅਤੇ ਜੋ ਇਹਨਾਂ ਨੇ ਸਥਾਪਨਾ ਕੀਤੀ ਜੋ ਇਹਨਾਂ ਨੇ ਲਹਿਰਾਂ ਬਣਾਈਆਂ ਚੀਫ ਖਾਲਸਾ ਦੀਵਾਨ ਬਣਾਇਆ ਸਿੱਖ ਸਭਾ ਲਹਿਰ ਚੱਲੀ ਉਹਨਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਸੇਵਾ ਸਿੰਘ ਟਿੱਕਰੀ ਵਾਲਿਆਂ ਦਾ ਬਾਬਾ ਆਲਾ ਸਿੰਘ ਵੀ ਇਸ ਨਗਰ ਵਿੱਚ ਆਏ ਬਾਬਾ ਖੜਕ ਸਿੰਘ ਵੀ ਇਸ ਨਗਰ ਵਿੱਚ ਆਏ ਉਹ ਕਿਉਂ ਆਏ ਉਹ ਸੇਵਾ ਸਿੰਘ ਠੀਕਰੀ ਵਾਲਾ ਕਰਕੇ ਆਏ ਇਸ ਲਈ ਭਰਾਵੋ ਉਹਨਾਂ ਮਹਾਨ ਆਗੂਆਂ ਨੇ ਜੋ ਬਾਬਾ ਖੜਕ ਸਿੰਘ ਨੇ ਜੋ ਬਾਬਾ ਆਲਾ ਸਿੰਘ ਨੇ ਜੋ ਬਾਬਾ ਸੇਵਾ ਸਿੰਘ ਨੇ ਕੌਮ ਲਈ ਸੰਘਰਸ਼ ਕੀਤਾ ਉਹ ਸੰਘਰਸ਼ ਨੂੰ ਅੱਗੇ ਕੌਣ ਤੋਰਦਾ।